ਸੋਨਲ ਬਾਈਬ ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਹੇ ਹਾਂ ਕਿ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਦੇ ਬਾਰੇ ਤੁਹਾਨੂੰ ਦੱਸਣਾ ਦੋਸਤੋ ਅਮਰਤਪਾਲ ਸਿੰਘ ਨੇ ਸਰੈਂਡਰ ਕਰਤਾ ਜਿਸ ਤੋਂ ਬਾਅਦ ਮੋਗਾ ਪੁਲਿਸ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੋਸਤੋ ਖਾਸ ਕਰ ਇਹ ਹੋਇਆ ਕਿ ਜਿਹੜਾ ਸਾਰਾ ਵਾਕਿਆ ਹੋਇਆ ਸਾਰਾ ਬਰਤਾਤ ਹੋਇਆ ਇਹ ਹੋਇਆ ਰੋਡੇ ਪਿੰਡ ਦੇ ਵਿੱਚ ਮੋਗੇ ਦੇ ਰੋਡੇ ਪਿੰਡ ਦੇ ਵਿੱਚ ਬਕਾਇਦਾ ਅਮਰਤਪਾਲ ਨੇ ਗੋਦ ਵਾਲੇ ਤੋਂ ਅਨਾਉਂਸਮੈਂਟ ਕਰਕੇ ਸਰੈਂਡਰ ਕੀਤਾ ਇਹ ਨੀੜੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਾ ਵਾਇਰਲ ਹੋ ਰਹੀ ਹੈ ਤੇ ਇਹ ਅਮਰਤਪਾਲ ਦੀ ਆਖਰੀ ਵੀਡੀਓ ਦੱਸੀ ਜਾ ਦੀ سوشل میڈیا ਤੇ ਕਾਫੀ ਇਹਦਾ ਵੀਡੀਓ ਵਾਇਰਲ ਹੋ ਰਹੀ ਹੈ ਚੜਦੀ ਸਵੇਰ ਐਤਵਾਰ ਨੂੰ ਅਮਰਤਪਾਲ ਨੇ ਸਰੈਂਡਰ ਕੀਤਾ ਜਿਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਨਵੇਂ ਦੱਸ ਦੋਸਤੋ ਅਮਰਤਪਾਲ ਸਿੰਘ ਦੇ ਉੱਪਰ ਐਨਐਸਸੀ ਲੱਗਾ ਹੋਇਆ ਹੁਣ ਬਾਕੀ ਜਿਹੜੀ ਬੰਦੀ ਕਾਰਵਾਈ ਹੈਗੀ ਉਹ ਪੁਲਿਸ ਆਪੇ ਕਰੇਗੀ ਤੇ ਪੁਲਿਸ ਨੇ ਦੋਸਤੋ ਇਹ ਗੱਲ ਕਹਿ ਦਿੱਤੀ ਕਿ ਕੋਈ ਵੀ ਫੇਕ ਖਬਰਾਂ ਉੱਪਰ ਧਿਆਨ ਨਾ ਦੇਵੇ ਉਹਨਾਂ ਨੇ ਇਹ ਸਪਸ਼ਟ ਕਰਤਾ ਹੋਇਆ ਹੈ ਕਿ ਅਮਰਤਪਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੋਸਤੋ ਇਹ ਹੁਣ ਤੱਕ ਦੀ ਹੈਗੀ ਜਿਹੜੀ ਖਾਸ ਖਬਰ ਨਾਲ ਉਸ ਤੋਂ ਅੰਦਾਜ਼ਨ ਹੈ ਪਾਲੀਵੁੱਡ ਤੋਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਪ ਜਾਏਗੀ ਕੋਈ ਸੋਲੋ ਪ੍ਰੋਜੈਕਟ ਦੀ ਵੀ ਡਿਸਕਸ਼ਨ ਚੱਲਦੀ ਪਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਤਾਂ ਵਾਇਰਲ ਹੋ ਰਿਹਾ ਹੈ ਕਿ ਬਾਲੀਵੁੱਡ ਦੇ ਵਿੱਚ ਕਰਨ ਉਹਦਾ ਸੋਲੋ ਪ੍ਰੋਜੈਕਟ ਰਿਲੀਜ਼ ਹੋਣਾ ਹੈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਹੋਰ ਵੀਡੀਓਜ਼ ਨਾਲ ਧੰਨਵਾਦ